ਪਿੰਡ ਪੰਜਾਬੀ ਚੈਨਲ ਦੇ ਨਿਊਜ਼ ਪਿੰਡ ਪ੍ਰੋਗਰਾਮ ਵਿੱਚ ਆਪ ਸਭ ਦਾ ਹਾਰਦਿਕ ਸਵਾਗਤ। ਆਜ਼ਾਦੀ ਦਿਵਸ ਦੀ 72ਵੀਂ ਵਰ੍ਹੇਗੰਢ ਨੂੰ ਮਨਾਉਂਦੇ ਹੋਏ ਗੋਆ ਦੀ ਆਜ਼ਾਦੀ ਦੇ ਮਹਾਨ ਸ਼ਹੀਦ ਕਰਨੈਲ ਸਿੰਘ ਇਸਨੂੰ ਜਿੱਥੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ, ਉੱਥੇ ਇੱਕ ਦੂਜੇ ਉੱਪਰ ਤਿੱਖੇ ਨਿਸ਼ਾਨੇ ਵੀ ਸਾਧੇ ਗਏ। ਇਸਨੂੰ ਵਿਖੇ ਅਕਾਲੀ ਦਲ ਦੀ ਕਾਨਫਰੰਸ ਵਿੱਚ ਸਾਬਕਾ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ, ਬਿਕਰਮਜੀਤ ਸਿੰਘ ਮਜੀਠੀਆ, ਪ੍ਰੇਮ ਸਿੰਘ ਚੰਦੂਮਾਜਰਾ, ਸ਼ਰਨਜੀਤ ਸਿੰਘ ਢਿੱਲੋਂ ਸਾਬਕਾ ਮੰਤਰੀ, ਚਰਨਜੀਤ ਸਿੰਘ ਅਟਵਾਲ ਸਾਬਕਾ ਸਪੀਕਰ, ਜਗਜੀਵ ਸਿੰਘ ਖੀਰਨੀਆ, ਰਾਜੂ ਖੰਨਾ, ਯਾਦਵਿੰਦਰ ਸਿੰਘ ਜਾਦੂ ਅਬਜ਼ਰਵਰ ਮੋਹਾਲੀ, ਪ੍ਰੋਫੈਸਰ ਭੁਪਿੰਦਰ ਸਿੰਘ ਚੀਮਾ ਪ੍ਰਧਾਨ ਨਗਰ ਕੌਂਸਲ ਪੈਲ, ਬਿਕਰਮਜੀਤ ਸਿੰਘ ਚੀਮਾ ਅਤੇ ਕਈ ਹੋਰ ਉੱਚ ਪੱਧਰੀ ਆਗੂ ਸ਼ਾਮਲ ਸਨ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਮੌਜੂਦਾ ਸਰਕਾਰ ਆਪਣੇ ਕੀਤੇ ਵਾਅਦੇ ਪੂਰਾ ਕਰਨ ਵਿੱਚ ਅਸਮਰੱਥ ਰਹੀ ਹੈ ਤੇ ਦੇਸ਼ ਵਿਰੋਧੀ ਤਾਕਤਾਂ ਦੀ ਹਮਾਇਤ ਕਰ ਰਹੀ ਹੈ ਤੇ ਨਾਲ ਹੀ ਸਰਕਾਰ ਇਸ਼ਤਿਹਾਰਾਂ ਜ਼ਰੀਏ ਵੀ ਝੂਠਾ ਪ੍ਰਚਾਰ ਕਰ ਰਹੀ ਹੈ। ਜਦੋਂ ਕਿ ਅਕਾਲੀ ਦਲ ਸ਼ਹੀਦਾਂ ਦੀ ਜਥੇਬੰਦੀ ਹੈ ਤੇ ਪਾਰਟੀ ਦਾ ਕੁਰਬਾਨੀਆਂ ਨਾਲ ਇਤਿਹਾਸ ਭਰਿਆ ਹੋਇਆ ਹੈ। ਸੋ ਇਸ ਤੋਂ ਉਪਰੰਤ ਪ੍ਰੋਫੈਸਰ ਭੁਪਿੰਦਰ ਸਿੰਘ ਚੀਮਾ ਪੈਲ ਨੇ ਵੀ ਕਿਹਾ ਕਿ ਆਉਣ ਵਾਲੀਆਂ ਪੰਚਾਇਤੀ ਚੋਣਾਂ ਤੇ ਬਲਾਕ ਸੰਮਤੀ ਚੋਣਾਂ ਵਿੱਚ ਅਕਾਲੀ ਦਲ ਦੇ ਵਰਕਰਾਂ ਨਾਲ ਕਿਸੇ ਵੀ ਪ੍ਰਕਾਰ ਦਾ ਧੱਕਾ ਸਹਿਣ ਨਹੀਂ ਕੀਤਾ ਜਾਵੇਗਾ। ਸੋ ਦੂਸਰੇ ਪਾਸੇ ਕਾਂਗਰਸ ਪਾਰਟੀ ਦੀ ਕਾਨਫਰੰਸ ਵਿੱਚ ਕੈਬਨਿਟ ਮੰਤਰੀ ਸ਼ਬਦ ਸਿੰਘ ਧਰਮਸੋਤ, ਸੁਨੀਲ ਜਾਖੜ ਪ੍ਰੈਜ਼ੀਡੈਂਟ ਪੀਪੀਸੀਸੀ ਤੇ ਪ੍ਰਕਾਸ਼ ਸਿੰਘ ਕੋਟਲੀ ਸਾਬਕਾ ਮੰਤਰੀ, ਗੁਰਕੀਰਤ ਸਿੰਘ ਕੋਟਲੀ ਵਿਧਾਇਕ ਖੰਨਾ, ਲਖਵੀਰ ਸਿੰਘ ਲੱਖਾ ਵਿਧਾਇਕ ਪੈਲ, ਕੁਲਜੀਤ ਸਿੰਘ ਨਾਗਰਾ ਵਿਧਾਇਕ ਫਤਿਹਗੜ੍ਹ ਸਾਹਿਬ, ਗੁਰਮੁਖ ਸਿੰਘ ਅਤੇ ਹੋਰ ਕਈ ਉੱਚ ਪੱਧਰੀ ਆਗੂ ਸ਼ਾਮਲ ਸਨ। ਸੋ ਇਸ ਮੌਕੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਵੇਲੇ ਜੋ ਵੀ ਵਾਅਦੇ ਕੀਤੇ ਸਨ ਉਹ ਅਮਲੀ ਰੂਪ ਵਿੱਚ ਪੂਰੇ ਕੀਤੇ ਜਾ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਪੂਰੇ ਕੀਤੇ ਜਾਣਗੇ। ਸੋ ਉਹਨਾਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਬੁਢਾਪਾ ਪੈਨਸ਼ਨ 2000 ਰੁਪਿਆ ਅਤੇ ਸ਼ਗਨ ਸਕੀਮ 51000 ਰੁਪਿਆ ਕੀਤੀ ਜਾਵੇਗੀ। ਸੋ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਵੀ ਪਿੰਡ ਇਸੂ ਵਿਖੇ ਆਪਣੀ ਕਾਨਫਰੰਸ ਕੀਤੀ ਗਈ। ਸੋ ਇਸ ਮੌਕੇ ਪਾਰਟੀ ਸਰਪ੍ਰਸਤ ਸਿਮਰਨਜੀਤ ਸਿੰਘ ਮਾਨ ਵੀ ਉਚੇਚੇ ਤੌਰ ਤੇ ਪਹੁੰਚੇ। ਸੋ ਆਗੂਆਂ ਵੱਲੋਂ ਦੱਸਿਆ ਗਿਆ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਹਰੇਕ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆਪਣੇ ਉਮੀਦਵਾਰ ਖੜੇ ਕਰੇਗੀ। ਸੋ ਇਹ ਹੁਣ ਲੋਕਾਂ ਨੇ ਤੈਅ ਕਰਨਾ ਹੈ ਕਿ ਉਹਨਾਂ ਨੇ ਸਿੱਖ ਵਿਰੋਧੀ ਪਾਰਟੀ ਨੂੰ ਵੋਟਾਂ ਪਾਉਣੀਆਂ ਹਨ ਜਾਂ ਕਿ ਸਿੱਖ ਹਮਾਇਤੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ। ਇਸ ਮੌਕੇ ਪਿੰਡ ਚਰਕ ਤੋਂ ਢਾਡੀ ਚਰਨਜੀਤ ਸਿੰਘ ਚੰਨੀ ਨੇ ਵੀ ਸੰਬੋਧਨ ਕੀਤਾ ਅਤੇ ਵਾਰਾਂ ਸੁਣਾਈਆਂ। ਦੂਸਰੇ ਪਾਸੇ ਸੀਪੀਆਈ, ਸੀਪੀਐਮ ਅਤੇ ਕ੍ਰਾਂਤੀਕਾਰੀ ਸਮਾਜਵਾਦੀ ਪਾਰਟੀਆਂ ਤੇ ਕਈ ਹੋਰ ਖੱਬੇ ਪੱਖੀ ਪਾਰਟੀਆਂ ਨੇ ਵੀ ਆਪਣੀਆਂ ਕਾਨਫਰੰਸਾਂ ਕੀਤੀਆਂ ਅਤੇ ਲੋਕਾਂ ਨੂੰ ਸੰਬੋਧਨ ਕੀਤਾ ਕਿ ਉਹ ਇਹਨਾਂ ਪਾਰਟੀਆਂ ਨਾਲ ਜੁੜਨ। ਸੁਖਬੀਰ ਤੇ ਕੈਪਟਨ ਦੀ ਯਾਰੀ ਆ, ਇਹਨਾਂ ਨੂੰ ਕੁਰਸੀ ਪਿਆਰੀ ਆ, ਸਾਡੀ ਜਨਤਾ ਪਿਆਰੀ ਨੀ, ਇਸ ਕਰਕੇ ਤੁਸੀਂ ਉੱਠੋ, ਸਮਝੋ, ਇਹਨਾਂ ਦਾ ਵਿਰੋਧ ਕਰੋ। ਆ ਹੁਣ ਇਲੈਕਸ਼ਨਾਂ ਆਉਣੀਆਂ ਨੇ, ਆ ਲਾਗੇ ਹੋਣੇ, ਕਹਿੰਦੇ ਜੀ ਪਾਰਟੀ ਦੇ ਚੋਣ ਨਿਸ਼ਾਨ ਤੇ ਅਸੀਂ ਇਲੈਕਸ਼ਨਾਂ ਲੜਾਂਗੇ। ਕੀ ਕੰਮ ਆ ਬਈ ਪਿੰਡਾਂ ਦੇ ਵਿੱਚ ਇਹ ਵਿਦਰੋਹ ਕਰਾਉਣ ਦਾ? ਸਗੋਂ ਕਹਿਣਾ ਬਈ ਭਾਈ ਭਾਈਆਂ ਦੀ ਜੰਗ ਆ, ਪਾਈਏ ਲੜ ਲਓ, ਜਿਹੜਾ ਚੰਗਾ ਬੰਦਾ ਜਿਹੜਾ ਪਿੰਡ ਦਾ ਵਿਕਾਸ ਕਰੇ ਉਹਨੂੰ ਅੱਗੇ ਲਿਆਉਣਾ ਚਾਹੀਦਾ। ਇਹ ਲੈਣਗੇ ਉਹੀ ਧੱਕੇ ਸ਼ਾਹੀ। ਵੀਰੋ ਮੈਂ ਤੁਹਾਨੂੰ ਬੇਨਤੀ ਕਰਦਾ ਬਈ ਗਰੀਬ ਲੋਕੋ ਉੱਠੋ ਜਾਗੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਸੋ ਇਸ ਤਰ੍ਹਾਂ ਜਦੋਂ ਕਿ ਖੰਨੇ ਤੋਂ ਅਨਿਲ ਦੱਤ ਫੱਲੀ ਦੇ ਦੱਸਣ ਮੁਤਾਬਕ ਭਗਵੰਤ ਮਾਨ ਦੀ ਸਿਹਤ ਸੰਬੰਧੀ ਸਮੱਸਿਆ ਹੋਣ ਕਾਰਨ ਆਮ ਆਦਮੀ ਪਾਰਟੀ ਵੱਲੋਂ ਕਾਨਫਰੰਸ ਨਹੀਂ ਕੀਤੀ ਗਈ, ਪਰ ਸੁਖਵਾਸ ਸਿੰਘ ਖਹਿਰਾ ਹੋਰਾਂ ਵੱਲੋਂ ਸ਼ਹੀਦ ਕਰਨੈਲ ਸਿੰਘ ਈਸਰੂ ਨੂੰ ਸ਼ਰਧਾ ਦੇ ਫੁੱਲ ਭੇਟ ਜ਼ਰੂਰ ਕੀਤੇ ਗਏ। ਸੋ ਤੁਸੀਂ ਦੇਖ ਸਕਦੇ ਹੋ ਕਿ ਇਸ ਮੌਕੇ ਲੋਕ ਇਨਸਾਫ਼ ਪਾਰਟੀ ਵੱਲੋਂ ਸਿਮਰਨਜੀਤ ਸਿੰਘ ਬੈਂਸ ਅਤੇ ਜਸਵੰਤ ਸਿੰਘ ਗੱਜਰਾ ਮਾਜਰਾ ਵੱਲੋਂ ਵੀ ਈਸਰੂ ਵਿਖੇ ਆ ਕੇ ਸ਼ਹੀਦ ਕਰਨੈਲ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਸੋ ਇਸ ਮੌਕੇ
ਸਿਮਰਜੀਤ ਸਿੰਘ ਬੈਂਸ ਅਤੇ ਜਸਵੰਤ ਸਿੰਘ ਗੱਜਣ ਮਾਜਰਾ ਦੇ ਨਾਲ ਭਾਰੀ ਮਾਤਰਾ ਵਿਚ ਲੋਕ ਵੀ ਮੌਜੂਦ ਸਨ। ਸੋ ਇਸ ਮੌਕੇ ਸਿਮਰਜੀਤ ਸਿੰਘ ਬੈਂਸ ਨੇ ਪੱਤਰਕਾਰਾਂ ਨਾਲ ਗੱਲਬਾਤ ਵੀ ਕੀਤੀ। ਅਸੀਂ ਇਸ ਪਵਿੱਤਰ ਮਿੱਟੀ ਨੂੰ ਮੱਥੇ ਨੂੰ ਲਾ ਕੇ ਪਰਣ ਕਰਨ ਲਈ ਆਏ ਹਾਂ, ਸ਼ਕਤੀ ਲੈਣ ਲਈ ਆਏ ਹਾਂ ਕਿ ਸਾਨੂੰ ਸ਼ਕਤੀ ਦਿਓ, ਅਸੀਂ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰ ਸਕੀਏ। ਤੁਸੀਂ ਤਾਂ ਗੁਲਾਮੀ ਮੁਕਤ ਕਰ ਗਏ ਦੇਸ਼ ਸਾਡਾ। ਸੋ ਅੱਜ ਪੰਜਾਬ ਦੇ ਅੰਦਰ ਹਾਲਾਤ ਵੱਧ ਤੋਂ ਬਦਤਰ ਹੋਏ ਹੋਏ, 2013 ਤੋਂ ਲੈ ਕੇ ਦਿਨ ਪ੍ਰਤੀ ਦਿਨ ਚਿੱਟਾ ਵਧਿਆ। ਕੈਪਟਨ ਅਮਰਿੰਦਰ ਸਿੰਘ ਜੀ ਹੋਰਾਂ ਦੀ 4 ਹਫ਼ਤਿਆਂ ਦੀ ਪਵਿੱਤਰ ਗੁਟਕਾ ਸਾਹਿਬ ਮੱਥੇ ਨੂੰ ਲਾ ਕੇ ਸਹੁੰ, 18 ਮਹੀਨੇ ਹੋ ਗਏ ਜਿਹੜੇ ਨਸ਼ੇ ਦੇ ਵੱਡੇ ਮਗਰਮੱਛ ਹੈਗੇ ਆ, ਕੈਪਟਨ ਅਮਰਿੰਦਰ ਸਿੰਘ ਜੀ ਉਹਨਾਂ ਨੂੰ ਸ਼ੈਲਟਰ ਕਰ ਰਹੇ ਆ। ਬਿਨਾਂ ਸਰਕਾਰ, ਮੁੱਖ ਮੰਤਰੀ, ਗ੍ਰਹਿ ਮੰਤਰੀ ਦੀ ਇਜਾਜ਼ਤ ਤੋਂ ਬਿਨਾਂ ਨਿਹੱਥੇ ਲੋਕਾਂ ਦੇ ਉੱਤੇ ਕਿਤੇ ਫਾਇਰਿੰਗ ਨਹੀਂ ਕਰ ਸਕਦਾ। ਕੱਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਹੀਂ, ਗ੍ਰਹਿ ਮੰਤਰੀ ਉਸ ਵੇਲੇ ਦੇ ਸੁਖਬੀਰ ਬਾਦਲ, ਉਹਨਾਂ ਦੇ ਉੱਤੇ FIR ਦਰਜ ਹੋਣਾ ਚਾਹੀਦਾ ਜੋ ਕਿ ਕੈਪਟਨ ਅਮਰਿੰਦਰ ਸਿੰਘ ਨਹੀਂ ਕਰਨਗੇ। ਸਾਨੂੰ ਪਤਾ ਇਸ ਗੱਲ ਦਾ, ਪਰ ਅਸੀਂ ਮੀਡੀਆ ਦੇ ਜ਼ਰੀਏ ਲੋਕਾਂ ਦੀ ਕਚਹਿਰੀ ਦੇ ਵਿੱਚ ਲੈ ਕੇ ਜਾਵਾਂਗੇ। ਕੈਪਟਨ ਸਾਹਿਬ ਯਾਦ ਕਰੋ, ਉਹੀ ਪਵਿੱਤਰ ਗੁਰਬਾਣੀ ਦਾ ਗੁਟਕਾ ਜਿਹਨੂੰ ਤੁਸੀਂ ਮੱਥੇ ਲਾ ਕੇ ਸਹੁੰ ਚੱਕ ਲਈ ਮੁੱਕਰ ਗਏ, ਤੇ ਅੱਜ ਉਸੇ ਗੁਰੂ ਦੇ ਨਰਾਦਰ ਵਾਸਤੇ ਜਿਹੜੇ ਅਸਲ ਦੋਸ਼ੀ ਹੈਗੇ ਉਹਨਾਂ ਨੂੰ ਬਚਾਉਣ ਵਾਸਤੇ ਤਰ੍ਹਾਂ ਤਰ੍ਹਾਂ ਦੇ ਤਰੀਕੇ ਨਾਲ ਵਰਤੋ। 4 ਪੁਲਿਸ ਅਫਸਰਾਂ ਦੇ ਉੱਤੇ ਤੁਸੀਂ ਮੁਕਦਮਾ ਦੇ ਦਿੱਤਾ, ਸਜ਼ਾ ਕਿਵੇਂ ਹੋਏਗੀ? ਜਦਕਿ FSL ਦੀ ਰਿਪੋਰਟ ਕਹਿੰਦੀ ਆ ਵਿਚਰ ਦੀ, ਕਿਹਨੂੰ ਸਜ਼ਾ ਹੋਏਗੀ? ਸਜ਼ਾ ਪ੍ਰਕਾਸ਼ ਸਿੰਘ ਬਾਦਲ, FIR ਸੁਖਬੀਰ ਸਿੰਘ ਬਾਦਲ, ਇਹਨਾਂ ਦੇ ਵਰਖਿਲਾਫ ਹੋਏ। ਕੈਪਟਨ ਸਾਹਿਬ ਨੂੰ ਇੰਨੀ ਗਰਮੀ ਦੇ ਵਿੱਚ ਆਉਣਾ ਦੁਬਾਰਾ ਨਹੀਂ ਹੈਗਾ, ਉਹ ਹੁਸੀਨ ਵਾਦੀਆਂ ਦੇ ਵਿੱਚ